ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਇੱਥੇ ਮੈਂ ਜਤੀਮ ਖਾਨ ਦੇ ਬੱਚਿਆਂ ਨੂੰ ਪੇਂਟਿੰਗ ਸਿਖਾਉਣ ਆਇਆ। ਉਹਨਾਂ ਤਾਂ ਮੈਂ ਡੇਲੀ ਹਾਂ। ਅੱਜ ਮੈਂ ਬੱਚਿਆਂ ਨੂੰ ਥੋੜ੍ਹਾ ਟਾਸਕ ਦਿੱਤਾ ਵੀ ਮੇਰਾ ਪੋਰਟਰੇਟ ਬਣਾਉਣਗੇ। ਅੱਜ ਆਹ ਛੋਟੇ ਛੋਟੇ ਬੱਚੇ ਵੀ ਆ, ਅਤੇ ਆਹ ਵੱਡਿਆਂ ਨੂੰ ਵੀ ਕਿਹਾ ਵਾ, ਬਾਕੀ ਦੇਖ ਦਿਉ ਜਿਹੜਾ ਵੀ ਵਧੀਆ ਬਣਾਊਗਾ ਪੋਰਟਰੇਟ ਉਹਨੂੰ ਉਹਦਾ ਪੋਰਟਰੇਟ ਮੈਂ ਬਣਾਊਂਗਾ, ਠੀਕ ਹੈ। ਅਤੇ ਨਾਲੇ ਉਹ ਆਪਾਂ ਯੂਟਿਊਬ 'ਤੇ ਪਾਵਾਂਗੇ, ਠੀਕ ਹੈ। ਆਹ ਸਾਰੇ ਛੋਟੇ ਛੋਟੇ ਬੱਚੇ ਮੇਰੀ ਫੋਟੋ ਬਣਾਉਣ ਲੱਗੇ ਆ ਜੀ। ਆਹ ਦੇਖ ਲਓ ਇਹਨਾਂ ਨੂੰ ਗੌਰ ਨਾਲ, ਇਹ ਪ੍ਰਾਇਮਰੀ ਦੇ ਬੱਚੇ ਆ। ਕਿਹੜੀ ਕਿਹੜੀ ਕਲਾਸ ਆ ਬੇਟਾ? ਐ ਫਸਟ, ਸੈਕਿੰਡ, ਸੈਕਿੰਡ ਫੋਰਥ ਕਲਾਸ, ਥਰਡ ਕਲਾਸ, ਥਰਡ ਨੈਕਸਟ, ਥਰਡ। ਇਹ ਬੱਚੇ ਮੇਰੀ ਫੋਟੋ ਬਣਾਉਣ ਲੱਗੇ ਆ ਜੀ। ਚਲੋ ਵੇਟ ਕਰਦੇ ਆ ਹੁਣ ਕਿਸ ਤਰ੍ਹਾਂ ਦੀ ਫੋਟੋ ਬਣਾਉਂਦੇ। ਮੈਂ ਬੈਠ ਜਾਂ ਸਿੱਧਾ ਹੋ ਗਿਆ ਫਿਰ, ਠੀਕ ਆ। ਚਲੋ ਸਟਾਰਟ, ਚਲੋ ਠੀਕ ਹੈ। ਹਾਂਜੀ, ਅਤੇ ਮੈਂ ਕਿਹਾ ਚੈੱਕ ਕਰ ਲਈਏ ਫਿਰ ਆਪਾਂ ਹੁਣ ਵੀ ਪੋਰਟਰੇਟ ਕਿੱਥੋਂ ਤੱਕ ਪਹੁੰਚ ਗਿਆ ਮੇਰਾ। ਪਹਿਲੀ ਕਲਾਸ ਦਾ ਬੱਚਾ, ਕੀ ਨਾਮ ਬੇਟਾ ਆਪਣਾ? ਹਾਂਜੀ ਕਾਰਤਿਕ। ਕਾਰਤਿਕ ਮੇਰਾ ਪੋਰਟਰੇਟ ਬਣਾ ਰਿਹਾ, ਚੈੱਕ ਕਰੋ। ਓ ਮਾਈ ਗੋਡ, ਇੰਨਾ ਸੋਹਣਾ ਪੋਰਟਰੇਟ। ਮੇਰੇ ਪੱਗ ਨਹੀਂ ਬੰਨੀ ਪੁੱਤ? ਅੱਛਾ ਬੰਨੀ ਆ, ਅੱਛਾ ਠੀਕ ਹੈ। ਹੈ ਕਿਹੜੀ ਕਲਾਸ ਦਾ ਬੱਚਾ? ਸੈਕਿੰਡ ਕਲਾਸ ਦਾ ਬੱਚਾ ਬਣਾ ਰਿਹਾ ਜੀ ਪੱਗ, ਅਜੇ ਪੱਗ ਹੀ ਬਣ ਰਹੀ ਆ। ਪੋਤੇ ਕੀ ਬਣਾ ਰਹੇ ਹੋ? ਓ ਮਾਈ ਗੋਡ, ਪੱਗ ਬਣ ਰਹੀ ਮੇਰੀ। ਅੱਛਾ ਅੱਛਾ, ਸਮਝ ਲੱਗ ਗਈ ਮੈਨੂੰ। ਸ਼ਾਬਾਸ਼ ਸ਼ਾਬਾਸ਼। ਹਾਂਜੀ ਤੁਹਾਡੀ ਕਿਹੜੀ ਕਲਾਸ ਆ? ਹੈ ਫੋਰਥ। ਅਤੇ ਤੇਰੀ ਕਿਹੜੀ ਸੀ ਬੇਟਾ? ਸੈਕਿੰਡ ਕਲਾਸ। ਫੋਰਥ ਕਲਾਸ ਦਾ ਬੱਚਾ ਬਣਾ ਰਿਹਾ ਜੀ ਪੱਗ ਮੇਰੀ। ਵੇਖੋ ਪੋਰਟਰੇਟ ਤੋਂ ਵੱਟ ਕੱਢੀ ਜਾਂਦੇ ਇਹਦੇ। ਹਾਂਜੀ ਕੀ ਨਾਮ ਆਪਣਾ? ਹਾਂਜੀ ਜਸ਼ਨਪ੍ਰੀਤ ਸਿੰਘ ਨੇ ਬਣਾਏ ਆ ਜੀ। ਇਹਨੇ ਕਰਾਈ ਹੱਥ। ਹਾਂ ਤੇਰਾ ਨਾਮ ਕੀ ਆ? ਅਜੇ ਪਾਲ ਸਿੰਘ। ਅਜੇ ਪਾਲ ਸਿੰਘ ਵੀ ਬਣਾ ਰਿਹਾ ਜੀ। ਆ ਦੇਖੋ ਵੱਟਾਂ ਵਾਲੀ ਬਣਾ ਦਿੱਤੀ ਤੂੰ ਤੇ। ਹਾਂਜੀ ਆਪਣਾ ਨਾਮ? ਸਮਰਦੀਪ। ਸਮਰਦੀਪ ਸਿੰਘ ਵੀ ਬਣਾ ਰਿਹਾ ਜੀ ਪੋਰਟਰੇਟ ਮੇਰਾ। ਵੇਖੋ ਇਹਦਾ ਮੁੰਡਾ ਪਹਿਲੀ ਵਾਰੀ ਆਇਆ, ਅਤੇ ਫਿਰ ਵੀ ਬਹੁਤ ਸੋਹਣਾ ਪੋਰਟਰੇਟ ਬਣਾ ਰਿਹਾ। ਚਲੋ ਜੀ ਮੈਂ ਬਹਿਣ ਲੱਗਾ ਫਿਰ, ਅਤੇ ਜਲਦੀ 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 ਬਣਾ ਲਓ ਫਿਰ, ਹੈਂ ਟਾਈਮ ਥੋੜ੍ਹਾ ਰਹਿ ਗਿਆ। ਸੋ ਮੈਂ ਆਪਣੀ ਜਗ੍ਹਾ 'ਤੇ ਬੈਠ ਗਿਆ, ਅਤੇ ਬਾਕੀ ਜਦੋਂ ਮੇਰਾ ਪੋਰਟਰੇਟ ਕੰਪਲੀਟ ਹੋ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਮੈਂ ਉਹ ਆਪਣਾ ਪੋਰਟਰੇਟ ਦਿਖਾਉਣਾ ਆ। ਅਤੇ ਜਿਹੜਾ ਇਹ ਬੱਚਾ ਵਧੀਆ ਪੋਰਟਰੇਟ ਬਣਾਊਗਾ ਉਹਦਾ ਪੋਰਟਰੇਟ ਅੱਜ ਬਣਨਾ, ਅੱਜ ਨਹੀਂ ਕੱਲ੍ਹ ਬਣ ਜੂਗਾ, ਅੱਜ ਟਾਈਮ ਨਹੀਂ ਹੋਣਾ ਆਪਣੇ ਕੋਲ। ਪੱਗ ਵੀ ਬਣ ਗਿਆ ਅਤੇ ਨੱਕ ਬਣਨ ਵਾਲਾ ਬਸ ਰਹਿ ਗਿਆ ਹੈ। ਪੱਗ ਬਣ ਗਈ ਆ ਅਤੇ ਨੱਕ, ਨੱਕ ਨਹੀਂ ਬਣਦਾ ਪਿਆ ਫਸਟ ਬੈਂਚ ਵਾਲਾ ਬੱਚਾ ਕੀ ਨਾਮ ਆਪਣਾ? ਕਾਰਤਿਕ। ਕਾਰਤਿਕ ਆਓ ਇੱਧਰ, ਇਹਨੇ ਮੇਰਾ ਪੋਰਟਰੇਟ ਬਣਾ ਲਿਆ ਜੀ। ਸੋ ਦੇਖਦੇ ਹਾਂ, ਇਹ ਬੜੇ ਐਕਸਾਈਟਡ ਆ ਸਾਰੇ ਵੀ ਪੋਰਟਰੇਟ ਕਿਸ ਤਰ੍ਹਾਂ ਦਾ ਬਣਿਆ। ਲਓ ਜੀ ਵੇਖੋ ਪੋਰਟਰੇਟ, ਅੱਜ ਮੇਰਾ ਪੋਰਟਰੇਟ ਬਣਾਇਆ ਇਹਨੇ। ਓਏ ਹੋਏ ਹੋਏ, ਕਿਆ ਬਾਤ ਹੈ, ਬੜਾ ਅੱਛਾ ਪੋਰਟਰੇਟ ਬਣਾਇਆ ਇਹਨੇ ਬੱਚੇ। ਓਏ ਤੁਸੀਂ ਬੜਾ ਹੱਸਦੇ, ਤੁਹਾਡਾ ਇਹ ਪੋਰਟਰੇਟ ਚੈੱਕ ਕਰਦਾ ਮੇਰੇ ਕੋਲ। ਸੋ ਮੇਰਾ ਪੋਰਟਰੇਟ ਬੜਾ ਅੱਛਾ ਬੱਚੇ ਨੇ ਬਣਾਇਆ। ਥੈਂਕ ਯੂ, ਥੈਂਕ ਯੂ ਬੇਟਾ, ਬਹੁਤ ਸੋਹਣਾ ਬਣਾਇਆ ਪੋਰਟਰੇਟ। ਥੈਂਕ ਯੂ। ਹੈ ਫੜੋ ਬੇਟਾ ਤੁਸੀਂ ਆਪਣਾ। ਹਾਂ ਬਈ ਹੋ ਗਿਆ, ਅਗਲਾ ਨੈਕਸਟ ਬਣ ਗਿਆ ਨੱਕ। ਹਾਂਜੀ ਆ ਜਾਓ ਆ ਜਾਓ ਆ ਜਾਓ।
हाँ जी, अपना नाम की पहले दसो। सरबजीत ने बनाया जी मेरा पोर्ट्रेट। सो ए पोर्ट्रेट चेक करो जी, जो बनाया मेरा। ओह माय गॉड, ये आप ही बड़ा समझा। ए मेरा पोर्ट्रेट है जी, सेम ही बना दी तूने लगती। ठीक है जी, दस्यो किस तरह लगा मेरा सब तो वधिया पोर्ट्रेट, कि लगा मैं दस्यो कमेंट करके, तो मैं ओदा पोर्ट्रेट बनाऊंगा फिर। ठीक है, वेरी नाइस वेरी नाइस वेरी नाइस, थैंक यू। और किन्ने कंप्लीट कर लिया? इधर भी बैठे जी शिवराज सिंह बना रहा, लगता चोरी छिपे बना रहा मेरा पोर्ट्रेट। इधर सनप्रीत भी है, की बना रहे हो मुंडा? केड़ा मुंडा? केड़े मुंडे की बना रहे हो? हाँ जी, बना के दिखाओगे? ओके अनिकेत। ओके अनिकेत ने मेरा पोर्ट्रेट बनाता है। ओए वाह जी वाह, हसदियां दी फोटो बनाई मेरी, ते मेरी मुछा नहीं बनाई, ना मेरी दाढ़ी बनाई, ना मेरी धौन बनाई। यार इन्नी की जगह चीज ने समेट के रखता। ओए कमाल करती वह, अग बहुत सोहनी बनाई है, फर्स्ट टाइम बनाई है वैसे, पर वधिया लगा, मजा आ गया। थैंक यू। हैलो बेटा, सो आप ये सारे फ्रेम करके लाने इतने। ठीक है, पूरे जोरों शोरों के पोर्ट्रेट बन रहे हैं। शिवराज सिंह भी बना रहे ने, मेरे वाल देखता हौली हौली। ਕੀ ਬਣਾਉਣ ਲੱਗੇ ਆਪਾਂ? ਇਹਦਾ ਨਾਂ ਭੁੱਲ ਜਾਂਦਾ ਯਾਰ ਮੈਨੂੰ, ਕਾਰਤਿਕ ਸੱਚਾ। ਉਹ ਕਾਰਤਿਕ ਕੀ ਬਣਾਉਣ ਲੱਗਾ ਬੇਟਾ? ਹਾਂ ਗੁਰਸ਼ਰਨਪ੍ਰੀਤ, ਗੁਰਸ਼ਰਨਪ੍ਰੀਤ ਸਿੰਘ ਨੇ ਪੋਰਟਰੇਟ ਮੇਰਾ ਬਣਾ ਲਿਆ। ਚਲੋ ਚੈੱਕ ਕਰਦੇ ਹਾਂ ਜੀ ਕਿਸ ਤਰ੍ਹਾਂ ਦਾ ਬਣਿਆ ਮੇਰਾ ਪੋਰਟਰੇਟ। ਓ ਮਾਈ ਗਾਡ, तो देख सकते हैं मेरा पोर्ट्रेट आ गया जी, नवा पोर्ट्रेट। बड़ा अच्छा बनाया, थोड़ा हासा आ जाता वेख के, पर भी अच्छा बनया। थैंक यू। किन्ने बच्चे रह गए? आ दो तीन, तीन बच्चे रह गए जी जिन्होंने पोर्ट्रेट ਬਣਾਉਣ ਵਾਲੇ ਆ। ਹਜੇ ਇੱਕ ਇੱਧਰ ਸ਼ਿਵਰਾਜ ਸਿੰਘ ਆ, ਇਹਨੇ ਥੋੜ੍ਹਾ ਲੇਟ ਹੀ ਸ਼ੁਰੂ ਕੀਤਾ, ਬਣਾ ਮੈਨੂੰ ਇਹਨੇ ਪਹਿਲਾਂ ਲੈਣਾ। ਬਣ ਗਿਆ? ਕੀ ਨਾਮ? ਜਸ਼ਨਪ੍ਰੀਤ ਸਿੰਘ ਨੇ ਵੀ ਬਣਾ ਲਿਆ ਜੀ ਨਵਾਂ ਪੋਰਟਰੇਟ ਮੇਰਾ। ਓ ਹੋ, ਕਾਫੀ ਅੱਛਾ ਬਣਾਇਆ, ਵੈਰੀ ਗੁੱਡ ਵੈਰੀ ਗੁੱਡ। ਚਲੋ ਕੋਸ਼ਿਸ਼ ਅੱਛੀ ਕੀਤੀ ਆ, ਸੋ ਇਹਨੇ ਬਰੀਕੀ ਨਾਲ ਵੇਖਿਆ ਮੈਨੂੰ, ਥੋੜੀਆਂ ਅੱਖਾਂ ਵੀ ਮੋਟੀਆਂ, ਪੱਗ ਪੱਗ ਸੋਹਣੀ ਬੰਨੀ ਆ, ਦਾੜੀ ਮੇਰੀ ਚੋਪ ਵੀ ਆ ਥੱਲੀ ਥੋੜ੍ਹੀ,
ਦਾੜੀ ਚੋਗੀ ਥੱਲੇ ਨੱਕ ਮੇਰਾ ਥੋੜਾ ਇਹਨੇ ਮੋਟਾ ਕਰਤਾ ਜੀ ਤੇ ਫਿਰ ਵੀ ਸਾਰਿਆਂ ਨਾਲੋਂ ਵਧੀਆ ਬਣਿਆ ਹਾਲੇ ਤੱਕ ਤੇ ਸੋ ਇਹਦਾ ਪੋਰਟਰੇਟ ਮੈਨੂੰ ਤਾਂ ਬਣਦਾ ਚਲੋ ਬਾਕੀ ਵੇਖਦੇ ਹਾਂ ਹਜੇ ਇੱਕ ਦੋ ਬੱਚੇ ਹਜੇ ਹੋਰ ਰਹਿੰਦੇ ਆ ਉਹ ਕਿਸ ਤਰ੍ਹਾਂ ਨਾਲ ਬਣਾਉਂਦੇ ਆ ਬਾਕੀ ਦੇਖਦੇ ਹਾਂ ਚਲੋ ਥੈਂਕ ਯੂ ਬੇਟਾ ਆ ਲਓ ਫੋਟ ਰਹੇ ਬਣਾਉਣੀ ਉਹਦੀ ਬੈਕ ਸਾਈਡ ਤੇ ਬਣਾ ਲਵਾਂ ਮੈਂ ਆਹੋ ਖਰਾਬ ਹੋ ਗਈ ਇੱਥੇ ਲੈ ਲਾ ਉੱਥੇ ਲੈ ਲਾ ਨਾ ਗੱਬੂ ਗੋਸ਼ਾ ਕੌਣ ਤੇਰੀ ਖੇਡ ਗੱਬੂ ਗੋਸ਼ਾ ਓ ਮਾਈ ਗੋਡ ਨਾ ਵੀ ਤਾਂ ਪੁੱਠੇ ਸਿੱਧੇ ਨਾਂ ਨਾ ਲਿਆ ਕਰੋ ਤੈਨੂੰ ਵਧੀਆ ਲੱਗਾ ਨਾਮ ਵੈਸੇ ਨਹੀਂ ਵਧੀਆ ਲੱਗਦਾ ਤੇ ਫਿਰ ਨਾਂ ਛੇੜਿਆ ਕਰੋ ਬਈ ਅੱਜ ਤੋਂ ਬਾਅਦ ਇਹਨੇ ਗੱਬੂ ਗੋਸ਼ਾ ਨਹੀਂ ਕਹਿਣਾ ਓਏ ਸੁਣ ਗਏ ਗੱਬੂ ਗੋਸ਼ਾ ਨਹੀਂ ਕਹਿਣਾ ਉਹਨੂੰ ਤੂੰ ਨੱਕ ਦੀ ਪ੍ਰੈਕਟਿਸ ਕਰਨੀ ਮੇਰੇ ਨੱਕ ਦੀ ਠੀਕ ਹੈ ਹੱਥੀ ਜਾਂਦਾ ਹੁਣ ਮੂਸੇ ਵਾਲੇ ਦੀ ਬਣਾਉਣੀ ਆ ਬਣਾ ਲਓ ਪਹਿਲਾਂ ਇੱਕ ਮੂਸੇ ਵਾਲੀ ਤੁਸੀਂ ਬਣਾ ਦਿੱਤੀ ਹੁਣ ਆਇਆ ਹੁਣ ਇੱਧਰ ਕੀ ਨਾਂ ਤੇਰਾ ਆਸ਼ੀਸ਼ ਹਾਂਜੀ ਤੁਸੀਂ ਕਿੱਧਰ ਆਏ ਹੋ ਕਿਹੜੀ ਡਰਾਇੰਗ 'ਚ ਆਏ ਟਾਈਮ ਦੇਖਿਆ ਕੀ ਹੋਇਆ ਇੱਕ ਘੰਟੇ 'ਚ ਇੰਨੀ ਜਗ੍ਹਾ ਘੁੰਮ ਲਿਆ ਤੁਸੀਂ ਕਲਾਸ ਆਇਆ ਕਰੋ ਟਾਈਮ ਨਾਲ ਠੀਕ ਆ ਆਹ ਬੜਾ ਸ਼ੈਤਾਨ ਆੜ ਆ ਗਿਆ ਇਹ ਦੋਨੋਂ ਹੀ ਬੜੇ ਸ਼ੈਤਾਨ ਹੈਗੇ ਕੰਮ ਕੁੰਮ ਇਹ ਕਰਦੇ ਨਹੀਂ ਆ ਕਿਹੜੇ ਕੰਮ ਤੁਹਾਡਾ ਇੱਕੋ ਤਾਂ ਕੰਮ ਆ ਡਰਾਇੰਗ ਕਰਨੀ ਤੇ ਡਰਾਇੰਗ ਕਿੱਥੇ ਤੁਹਾਡੀ ਤੂੰ ਉੱਤੇ ਇੱਥੇ ਕੀ ਕਰਨਾ ਏ ਹੈ ਕਿਹੜਾ ਦੁੱਧ ਚਾਹੁੰਦੇ ਮੱਝਾਂ ਰੱਖੀਆਂ ਥੱਲੇ ਤੂੰ ਮੈਨੂੰ ਉਹਦਾ ਹੀ ਕੱਟਾ ਲੱਗਣ ਦਿਆ ਇਹ ਵੇਖ ਲਓ ਇੱਥੇ ਮੈਨੂੰ ਆ ਕੇ ਤੇ ਪਤਾ ਹੀ ਨੀ ਕਿ ਟੀਚਰਾਂ ਕਿੱਦਾਂ ਗੱਲ ਕਰਦੀਆਂ ਆ ਮੈਨੂੰ ਝੂਠ ਬੋਲਦੇ ਆ ਗਏ ਉੱਥੇ ਮੱਝ ਰੱਖੀ ਮੱਝਾਂ ਭਲਾ ਇੱਥੇ ਰੱਖੀਆਂ ਨੇ ਪਰੇ ਕਰ ਇਹਨੂੰ ਕੀ ਤੇ ਪੱਠੇ ਕੌਣ ਪਾਉਂਦਾ ਉਹਨੂੰ ਤੂੰ ਪਾਉਣਾ ਜਿਹੜਾ ਮੇਰੀ ਫੋਟੋ ਬਣਾਊਗਾ ਉਹਦੀ ਫੋਟੋ ਬਣੂਗੀ ਆਪਦੀ ਡਰਾਇੰਗ ਤੇ ਤੂੰ ਥੱਲੇ ਛੱਡ ਆਇਆ ਹਾਂਜੀ ਦੀ ਆ ਮੁੰਡੇ ਨੇ ਵੀ ਬਣਾ ਲਿਆ ਜੀ ਕੀ ਨਾਮ ਹੈ ਬੇਟਾ ਆਪਣਾ ਨਾ ਬੋਲ ਓਏ ਚੁੱਪ ਕਰੋ ਨਾਮ ਸਮਰ ਸਮਰਦੀਪ ਨੇ ਬਣਾ ਦਿੱਤਾ ਜੀ ਮੇਰਾ ਪੋਰਟਰੇਟ ਓ
ਚਲ ਉਹਨੇ ਕੋਸ਼ਿਸ਼ ਕੀਤੀ ਅੱਛੀ ਕੀ ਕੋਸ਼ਿਸ਼ ਕੀਤੀ ਆ ਬੋਲ ਯਾਰ ਤੂੰ ਜ਼ਿਆਦਾ ਨਹੀਂ ਥੱਲੇ ਲੈ ਕੇ ਸੋਏ ਮੇਰਾ ਨੱਕ ਨੱਕ ਤੇ ਮੈਨੂੰ ਇੱਧਰੋਂ ਲੱਗਦਾ ਜਿੱਦਾਂ ਬੰਦਾ ਖੜਾ ਹੁੰਦਾ ਹਾਂਜੀ ਚਲੋ ਕੋਈ ਗੱਲ ਨਹੀਂ ਬੜਾ ਅੱਛਾ ਕੋਸ਼ਿਸ਼ ਕੀਤੀ ਆ ਪਹਿਲਾਂ ਮੈਨੂੰ ਲੱਗਦਾ ਇਹਨੇ ਗੋਲ ਘਤਾਰਾ ਲਾਇਆ ਫਿਰ ਉਹਦੇ ਵਿੱਚ ਪੱਗ ਬਣਾਤੀ ਦਾੜੀ ਬਣਾਤੀ ਸੋ ਮੋਛੀ ਬਣਾਤੀ ਓਏ ਹੋਏ ਆਹ ਆਇਆ ਜੀ ਅਸਲੀ ਪੋਰਟਰੇਟ ਮੇਰਾ ਫੜੋ ਓਏ ਉਸ ਸ਼ਿਵਰਾਜ ਸਿੰਘ ਨੇ ਬਣਾਇਆ ਜੀ ਮੇਰਾ ਪੋਰਟਰੇਟ ਚੈੱਕ ਕਰੋ ਓਏ ਕਿਆ ਬਾਤ ਹੈ ਆਹ ਵੇ ਬਣੀ ਨਾ ਗੱਲ ਲੱਗਦਾ ਵੀ ਹੈ ਮੇਰਾ ਪੋਰਟਰੇਟ ਸੋ ਸਭ ਤੋਂ ਵਧੀਆ ਪੋਰਟਰੇਟ ਬਣਾਇਆ ਜੀ ਸ਼ਿਵਰਾਜ ਸਿੰਘ ਨੇ ਸ਼ਿਵਰਾਜ ਸਿੰਘ ਨੂੰ ਤੁਸੀਂ ਦੇਖ ਸਕਦੇ ਜੀ ਕਿੱਥੇ ਹੈ ਸ਼ਿਵਰਾਜ ਸਿੰਘ ਇੱਧਰ ਆਇਆ ਵੀ ਸ਼ਿਵਰਾਜ ਆਇਆ ਜੀ ਸ਼ਿਵਰਾਜ ਸਿੰਘ ਬੜਾ ਅੱਛਾ ਪੋਰਟਰੇਟ ਬਣਾਇਆ ਨੇ ਥੈਂਕ ਯੂ ਸਭ ਤੋਂ ਸੋਹਣਾ ਪੋਰਟਰੇਟ ਜੀ ਬਣਾਇਆ ਕੀ ਨਾਮ ਤੇਰਾ ਅਜੇ ਪਾਲ ਨੇ ਬਣਾਇਆ ਜੀ ਓ ਮਾਈ ਗੋਡ ਏਡਾ ਵੱਡਾ ਮੂੰਹ ਬਣਾਤਾ ਜੀ ਪੂਰੀ ਸ਼ੀਟ ਤੇ ਇਹਨੇ ਕੋਸ਼ਿਸ਼ ਕੀਤੀ ਬਣਾਉਣ ਦੀ ਬਾਕੀ ਜਗ੍ਹਾ ਕਿੱਥੇ ਗਈ ਦਾੜੀ ਖਾਲੀ ਕਰਤੀ ਸਾਰੀ ਚਲੋ ਅੱਛੀ ਕੋਸ਼ਿਸ਼ ਕੀਤੀ ਸਾਰੇ ਬੱਚਿਆਂ ਨੇ ਸਾਰੇ ਬੱਚਿਆਂ ਲਈ ਕਲੈਪਿੰਗ ਹੋਣੀ ਚਾਹੀਦੀ ਸਾਰੇ ਕਲੈਪਿੰਗ ਕਰੋ ਬੜਾ ਅੱਛਾ ਪੋਰਟਰੇਟ ਬਣਾਇਆ ਵੈਰੀ ਗੁੱਡ ਵੈਰੀ ਗੁੱਡ ਸਾਰੇ ਬੱਚਿਆਂ ਨੇ ਬੜਾ ਅੱਛਾ ਕੰਮ ਕੀਤਾ ਆਏ ਸਨਪ੍ਰੀਤ ਆਹ ਵੇਖੋ ਕਿੱਦਾਂ ਲੁਕਾਉਂਦੇ ਆ ਕਿੱਧਰ ਲੁਕ ਜਾਏਗਾ ਕਿੱਧਰ ਲੁਕ ਜਾਏਗਾ ਕਿੱਧਰ ਲੁਕੇਗਾ ਤੂੰ ਇਹ ਕੈਮਰੇ ਕੇ ਆਉਣ ਤੋਂ ਬੜਾ ਡਰਦਾ ਹੁਣ ਇਹਨੂੰ ਜ਼ਿਆਦਾ ਲੈ ਕੇ ਆਉਣਾ ਆਹ ਵੇਖ ਸਕਦੇ ਤੁਸੀਂ ਕਿੱਦਾਂ ਸੰਗਣ ਦਿਆ ਸ਼ਰਮ ਆਉਂਦੀ ਇਹਨੂੰ ਸਾਡਾ ਆਰਟ ਰੂਮ